ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਅਸੀਂ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੀ ਕਿਤਾਬ ਅਸਲ ਵਿੱਦਿਆ ਦਾ ਦੂਸਰਾ ਚੈਪਟਰ, ਉਹਨਾਂ ਦੀ 1934 ਦੀ ਹੱਡ ਬੀਤੀ ਦਾ ਪੜ੍ਹੀਏ ਅਤੇ ਸਮਝੀਏ। ਹੈਡਿੰਗ ਹੈ ਜੀ, ਪ੍ਰਚਾਮ੍ਰਿਤ ਕੀ ਹੁੰਦਾ ਹੈ। ਮੇਰੇ ਦਾਦਾ ਜੀ ਨੇ ਮੈਨੂੰ ਪੁੱਛਿਆ, ਕਾਕਾ ਤੈਨੂੰ ਪਤਾ ਏ ਅੰਮ੍ਰਿਤ ਕੀ ਹੁੰਦਾ ਏ? ਮੈਂ ਉੱਤਰ ਦਿੱਤਾ, ਹਾਂ ਬਾਬਾ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਸਰਬ ਲੋਹ ਦੇ ਬਾਟੇ ਵਿੱਚ ਜਲ ਪਾ ਕੇ ਬੀਰ ਆਸਣ ਵਿੱਚ ਖੰਡੇ ਨਾਲ ਉਸਨੂੰ ਮੱਥਿਆ ਅਤੇ ਨਾਲ ਪੰਜ ਬਾਣੀਆਂ ਦਾ ਪਾਠ ਵੀ ਕੀਤਾ। ਮਾਤਾ ਸਾਹਿਬ ਦੇਵਾਂ ਨੇ ਵਿੱਚ ਪਤਾਸੇ ਪਾਏ। ਇਸ ਉਦੁੱਤੀ ਰਸਾਇਣ ਨੂੰ ਅੰਮ੍ਰਿਤ ਕਹਿੰਦੇ ਹਨ। ਕਾਕਾ, ਉਹ ਤਾਂ ਅੰਮ੍ਰਿਤ ਹੈ ਹੀ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ। ਇੱਕ ਅੰਮ੍ਰਿਤ ਹੋਰ ਵੀ ਹੈ ਜਿਸ ਦਾ ਪੁੰਚਨ ਤੂੰ ਹਰ ਰੋਜ਼ ਕਰਦਾ ਹੈ, ਉਹ ਤੇਰੀ ਮਾਂ ਸਿਰਜਦੀ ਹੈ। ਸਵੇਰੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਤੇਰਾ ਨਾਸ਼ਤਾ ਤਿਆਰ ਕਰਦੀ ਹੈ, ਫਿਰ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਦੁਪਹਿਰ ਦਾ ਲੰਗਰ ਆਯੋਜਨ ਕਰਦੀ ਹੈ, ਫਿਰ ਲੋਡੇ ਵੇਲੇ ਆਨੰਦ ਸਾਹਿਬ ਦਾ ਪਾਠ ਕਰਦਿਆਂ ਸ਼ਾਮ ਦੇ ਚਾਹ ਪਾਣੀ ਦਾ ਬੰਦੋਬਸਤ ਕਰਦੀ ਹੈ, ਰਾਤੀਂ ਰਹਿਰਾਸ ਸਾਹਿਬ ਦਾ ਪਾਠ ਕਰਦਿਆਂ ਰਾਤ ਦੀ ਰੋਟੀ ਬਣਾ ਕੇ ਪਰੋਸਦੀ ਹੈ, ਅਤੇ ਮਗਰੋਂ ਕੀਰਤਨ ਸੋਹਿਲਾ ਦਾ ਪਾਠ ਕਰਦਿਆਂ ਤੁਹਾਡੇ ਲਈ ਦੁੱਧ ਦਾ ਗਲਾਸ ਲੈ ਕੇ ਆਉਂਦੀ ਹੈ। ਪੰਜ ਵੇਲੇ ਦਾ ਇਹ ਪ੍ਰਚਾਮ੍ਰਿਤ ਤੁਹਾਡੇ ਲਈ ਤਿਆਰ ਕਰਦੀ ਹੈ। ਇਸੇ ਨੂੰ 36 ਅੰਮ੍ਰਿਤ ਵੀ ਕਹਿੰਦੇ ਹਨ। ਜਾ ਆਪਣੀ ਮਾਂ ਨੂੰ ਰੱਬ ਦਾ ਰੂਪ ਸਮਝ ਕੇ ਮੱਥਾ ਟੇਕ। ਬਾਬਾ ਜੀ, ਤੁਸਾਂ ਮੇਰੀ ਮਾਂ ਦਾ ਜੋ ਰੂਪ ਮੇਰੇ 'ਤੇ ਸਪਸ਼ਟ ਕੀਤਾ ਹੈ, ਉਹ ਤਾਂ ਦਿਨ ਵਿੱਚ ਪੰਜ ਵੇਲੇ ਮੱਥਾ ਟਿਕਾਉਣ ਦੀ ਅਧਿਕਾਰੀ ਹੈ। ਮੈਂ ਜ਼ਰੂਰ ਮੱਥਾ ਟੇਕਿਆ ਕਰਾਂਗਾ ਜੀ, ਅਤੇ ਨਾਲ ਤੁਹਾਨੂੰ ਵੀ ਯਾਦ ਕਰਿਆ ਕਰਾਂਗਾ ਜਿਨ੍ਹਾਂ ਨੇ ਇਹ ਮੱਤ ਦਿੱਤੀ ਹੈ। ਇਹ ਤਾਂ ਸੀ ਜੀ ਡਾਕਟਰ ਸਾਹਿਬ ਜੀ ਦੀ ਅਸਲ ਕਹਾਣੀ। ਅੱਜ ਦੀਆਂ ਜ਼ਿਆਦਾ ਮਾਵਾਂ 'ਤੇ ਸ਼ਾਇਦ TV, ਕਿੱਟੀ ਪਾਰਟੀ ਅਤੇ ਵਟਸਐਪ ਦੇ ਰੁਝੇਵੇਂ ਵਿੱਚ ਇਹ ਸਭ ਕੁਝ ਭੁੱਲ ਗਈਆਂ ਲੱਗਦੀਆਂ ਹਨ। ਸਾਇੰਟਿਫਿਕ ਸੋਚ ਦੇ ਚੱਕਰ ਵਿੱਚ ਇਸ ਨੂੰ ਜ਼ਿਆਦਾ ਫਜ਼ੂਲ ਹੀ ਸਮਝਦੀਆਂ ਹਨ। ਆਪਣੇ ਵਿਚਾਰਾਂ ਨੂੰ ਸਾਡੇ ਵੀਡੀਓ 'ਤੇ ਕਮੈਂਟਸ ਵਿੱਚ ਪਾਓ ਜਾਂ ਸਾਨੂੰ ਈਮੇਲ ਕਰੋ, ਅਸੀਂ ਤੁਹਾਨੂੰ ਸੰਤੁਸ਼ਟੀ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਇਹ ਡਾਕਟਰ ਸਾਹਿਬ ਦੀ ਔਰ ਉਹਨਾਂ ਦੇ ਦਾਦਾ ਜੀ ਦੀ ਸੋਚ ਉਦੋਂ ਵੀ ਸੱਚ ਸੀ, ਅੱਜ ਵੀ ਸੱਚ ਹੈ, ਔਰ ਅੱਗੇ ਰਹਿੰਦੀ ਦੁਨੀਆ ਤੱਕ ਵੀ ਸੱਚ ਹੀ ਰਹੇਗੀ। ਆਓ ਸੱਚ ਨੂੰ ਰਲ ਕੇ ਲੱਭਣ ਦੀ ਔਰ ਸਮਝਣ ਦੀ ਔਰ ਉਹਦੇ 'ਤੇ ਚੱਲਣ ਦੀ ਕੋਸ਼ਿਸ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।